ਜੀ ਅਸਲਾਮ ਅਲੈਕੁਮ ਜੀ, ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਸ਼ਾਹਿਦ ਸ਼ਬੀਰ, ਔਰ ਮੈਂ ਪਹੁੰਚ ਗਿਆ ਵਾਂ ਅੱਜ ਗੁਰਦੁਆਰਾ ਸ੍ਰੀ ਪਹਿਲੀ ਪਾਤਸ਼ਾਹੀ ਮਾਲ ਜੀ ਸਾਹਿਬ ਨਨਕਾਣਾ ਸਾਹਿਬ ਦੇ ਅੰਦਰ। ਤੁਹਾਨੂੰ ਅਸੀਂ ਅੱਜ ਦਰਸ਼ਨ ਕਰਵਾ ਰਹੇ ਹਾਂ ਸੰਤਾਂ ਤੋਂ ਜਿਹੜੇ ਵਿਛੜੇ ਹੋਏ, ਸੰਗਤਾਂ ਕੋਲੋਂ ਵਿਛੜੇ ਹੋਏ ਜਿਹੜੇ ਗੁਰਧਾਮ ਨੇ, ਉਹਨਾਂ ਦੇ ਦਰਸ਼ਨ ਦੀਦਾਰੇ ਦਾ ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ। ਸਾਡੇ ਨਾਲ ਭਾਈ ਪਹੁੰਚੇ ਹੋਏ ਨਿਸ਼ਾਂਤ ਸਿੰਘ ਆਸਟ੍ਰੇਲੀਆ ਮੈਲਬਰਨ ਤੋਂ, ਅਤੇ ਮੈਂ ਕਹਾਂਗਾ ਕਿ ਇੱਥੇ ਕਾਰ ਸੇਵਾ ਦਾ ਕੰਮ ਜਿਹੜਾ ਬੜੇ ਜ਼ੋਰੋ ਸ਼ੋਰਾਂ ਨਾਲ ਚੱਲਦਾ ਪਿਆ, ਔਰ ਕਾਰ ਸੇਵਾ ਜਿਹੜੀ ਹੈ ਸਾਡੇ ਆਪਣੇ ਗਿਆਨੀ ਜੀ ਜਿਹੜੇ ਨੇ ਗੁਰਦੁਆਰਾ ਸ੍ਰੀ ਜਨਮ ਅਸਥਾਨ ਦੇ, ਉਹ ਆਪਣੀ ਜ਼ੇਰੇ ਨਿਗਰਾਨੀ, ਮੈਂ ਜਿੰਨੀ ਵਾਰੀ ਵੀ ਆਇਆ ਮੈਂ ਇਹਨਾਂ ਨੂੰ ਇੱਕ ਲੱਤ ਖਲੋਤੇ ਦੇਖਿਆ, ਔਰ ਇੱਕ ਇੱਕ ਇੱਟ ਇੱਕ ਇੱਕ ਜਗ੍ਹਾ ਜਿਹੜੀ ਹੈ ਉਹ ਮਤਲਬ ਕਿ ਤੁਸੀਂ ਕਹਿ ਸਕਦੇ ਹੋ ਕਿ ਆਪਣੀ ਜ਼ੇਰੇ ਨਿਗਰਾਨੀ ਕਰਾ ਰਹੇ ਨੇ, ਤਾਂ ਕਿ ਕੋਈ ਗੁਰੂ ਘਰ ਦੀ ਬਿਲਡਿੰਗ ਜਿਹੜੀ ਹੈ ਉਹਦੇ 'ਚ ਕਿਸੇ ਕਿਸਮ ਦੀ ਕੋਈ ਕਸਰ ਕੋਣ ਨਹੀਂ ਰਹਿਣੀ ਚਾਹੀਦੀ। ਅਤੇ ਅਸੀਂ ਬਾਕੀ ਦੀਆਂ ਗੱਲਾਂ ਜਿਹੜੀਆਂ ਨੇ ਉਹ ਵੀਰ ਜੀ ਨਾਲ ਹੀ ਕਰਦੇ ਹਾਂ। ਬਸ ਇੰਨਾ ਹੀ ਤੁਹਾਨੂੰ ਦੱਸਾਂਗਾ, ਥੋੜ੍ਹਾ ਜਿਹਾ ਇਤਿਹਾਸ 'ਤੇ ਦੁਬਾਰਾ ਚਾਨਣ ਪਾਵਾਂਗਾ ਕਿ ਗੁਰੂ ਮਹਾਰਾਜ ਪਹਿਲੀ ਪਾਤਸ਼ਾਹੀ ਬਚਪਨ ਦੇ ਵਿੱਚ ਜਿਸ ਵੇਲੇ ਆਪਣਾ ਮਾਲ ਚਰਾ ਰਹੇ ਸਨ, ਅਤੇ ਇੱਕ ਜਣ ਦੇ ਦਰਖਤ ਦੇ ਥੱਲੇ ਜਦੋਂ ਉਹਨਾਂ ਨੂੰ ਥੋੜ੍ਹੀ ਜਿਹੀ ਨੀਂਦ ਆ ਗਈ, ਉਹਨਾਂ ਦੀ ਅੱਖ ਲੱਗੀ, ਅਤੇ ਇੱਕ ਸਾਈਡ ਤੋਂ ਜਦੋਂ ਧੁੱਪ ਪਈ ਗੁਰੂ ਮਹਾਰਾਜ 'ਤੇ, ਅਤੇ ਉਹਨਾਂ ਦੇ ਜਦ ਰਾਏ ਭੁਲਾਰ ਪੱਟੀ ਦੀ ਸਵਾਰੀ ਇੱਥੋਂ ਜਦੋਂ ਲੰਘ ਰਹੀ ਸੀ, ਅਤੇ ਉਹਨਾਂ ਨੇ ਦੇਖਿਆ ਕਿ ਇੱਕ ਨਾਗ ਜਿਹੜਾ ਆਪਣਾ ਫਨ ਫੈਲਾ ਕੇ ਉਹਨਾਂ ਦੇ ਉੱਤੇ, ਉਹਨਾਂ ਦੇ ਚਿਹਰੇ ਦੇ ਉੱਤੇ, ਉਹਨਾਂ ਦੇ ਫੇਸ ਦੇ ਉੱਤੇ ਜਿਹੜਾ ਪਰਛਾਵਾਂ ਕੀਤਾ ਹੋਇਆ ਤਾਂ ਕਿ ਗੁਰੂ ਮਹਾਰਾਜ ਦੇ ਚਿਹਰੇ ਦੇ ਉੱਤੇ ਧੁੱਪ ਨਾ ਪਵੇ। ਉਹ ਵਾਕਿਆ ਜਿਹੜਾ ਉਹ ਇਸ ਜਗ੍ਹਾ ਦੇ ਉੱਤੇ ਹੋਇਆ, ਔਰ ਇਸ ਗੁਰਦੁਆਰੇ ਨੂੰ ਗੁਰਦੁਆਰਾ ਮਾਲ ਜੀ ਸਾਹਿਬ ਇਸ ਵਾਸਤੇ ਕਿਹਾ ਜਾਂਦਾ। ਅਤੇ ਬਾਕੀ ਦਾ ਇਤਿਹਾਸ ਔਰ ਜਿਹੜੀ ਕਾਰ ਸੇਵਾ ਚੱਲ ਰਹੀ ਹੈ ਉਸ ਦੇ ਮੁਤਾਲਕ ਅਸੀਂ ਜਨਾਬੇ ਲਈ ਜਿਹੜਾ ਸਾਡੇ ਗਿਆਨੀ ਜੀ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਗਿਆਨੀ ਜੀ ਸਾਨੂੰ ਪੂਰੀ ਕਾਰ ਸੇਵਾ ਦੇ ਮੁਤਾਲਕ ਦੱਸਦੇ ਨੇ। ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਸਤਿ ਸੰਗਤ ਜੀ, ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਮਾਲ ਜੀ ਸਾਹਿਬ ਜੀ ਦੇ, ਜਿੱਥੇ ਗੁਰੂ ਨਾਨਕ ਜੀ ਮਹਾਰਾਜ ਜੀ ਸਨ 1482 ਦੇ ਵਿੱਚ ਇਸ ਅਸਥਾਨ 'ਤੇ ਆਏ ਸਨ, ਅਤੇ ਇਸ ਅਸਥਾਨ ਦੇ ਵਿੱਚ ਉਹਨਾਂ ਨੇ ਆਪਣੀ ਗਾਈਆਂ ਮੱਝਾਂ ਚਰਨ ਵਾਸਤੇ ਛੱਡੀਆਂ, ਆਪ ਜੀ ਸਿਮਰਨ 'ਚ ਬੈਠੇ, ਅਤੇ ਗਾਈਆਂ ਮੱਝਾਂ ਜਿਹੜੀਆਂ ਸਨ ਉਹ ਦੂਰ ਚਲੀਆਂ ਗਈਆਂ, ਅਤੇ ਆਪ ਜੀ ਸਿਮਰਨ 'ਚ ਬੈਠੇ ਹੋਏ, ਆਪ ਜੀ ਦੀ ਅੱਖ ਲੱਗ ਗਈ ਅਤੇ ਸੂਰਜ ਸਵਾਮੀ ਚਿਹਰੇ 'ਤੇ ਆਏ ਅਤੇ ਸਭ ਨੇ ਅੱਗ ਉੱਪਰ ਛਾਂ ਕੀਤੀ। ਕਿਆਰਾ ਸਾਹਿਬ ਤੋਂ ਕੁਛ ਇਸ ਤਰ੍ਹਾਂ ਦਾ ਇੱਕ ਗਿੱਲਾ ਚਲਾ ਗਿਆ ਕਿ ਉਹ ਖੇਤ ਜਿਹੜਾ ਉਹ ਜਿਹੜਾ ਹੈ ਉਹ ਗਾਈਆਂ ਮੱਝਾਂ ਨੇ ਉਜਾੜਿਆ ਹੋਇਆ ਵਾ, ਅਤੇ ਉਹਦੇ ਜਾ ਕੇ ਜਦੋਂ ਪੰਚਾਇਤ ਚਲੀ ਗਈ, ਪੰਚਾਇਤ ਨੇ ਜਦੋਂ ਉਹਦਾ ਅੰਦਾਜ਼ਾ ਲਾਇਆ ਉਹ ਖੇਤ ਦੂਸਰੇ ਖੇਤਾਂ ਨਾਲ ਦੁੱਗਣੀ ਤਿਗਣੀ ਸੀ। ਇਸ ਵੇਲੇ ਜਦੋਂ 1947 ਦੇ ਵਿੱਚ ਇਸ ਅਸਥਾਨ ਜਿਹੜੇ ਸਨ ਸੰਗਤਾਂ ਪਾਸੋਂ ਵਿਛੜ ਗਏ ਸਨ, ਅਤੇ ਇਸ ਅਸਥਾਨਾਂ ਦੇ ਜਿਹੜੇ ਸਨ ਸੇਵਾਵਾਂ ਦੀ ਬਹੁਤ ਜ਼ਿਆਦਾ ਜ਼ਰੂਰੀ ਸੀ, ਅਤੇ ਇਹਦੀ ਜਿਹੜੀ ਸੀ ਸਾਨੂੰ ਗੁਰੂ ਮਹਾਰਾਜ ਜੀ ਬਖਸ਼ ਸਦਕਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਔਰ ETB ਬੋਰਡ ਨੇ ਸਾਨੂੰ ਇਜਾਜ਼ਤ ਦਿੱਤੀ, ਦਾਸ ਨੂੰ ਇਜਾਜ਼ਤ ਬਖਸ਼ੀ। ਅਤੇ ਮੇਰਾ ਵੈਸੇ ਵੀ ਪੁਰਾਣਾ ਸ਼ੌਕ ਹੈਗਾ, ਮੇਰਾ ਸ਼ੌਕ ਸੀ ਗੁਰਦੁਆਰਾ ਪੱਟੀ ਸਾਹਿਬ ਤੋਂ, ਜਿਹਦਾ ਮੈਂ ਸ਼ੁਰੂਆਤ ਕੀਤੀ ਸੀ 1998 ਤੋਂ 99 ਤੋਂ ਸ਼ੁਰੂਆਤ ਕੀਤੀ ਸੀ, ਜਿਹਦੇ ਵਿੱਚ ਮੈਂ ਅੰਦਰ ਦੀ ਸਾਰੀ ਬਿਲਡਿੰਗ ਦੀ ਰੈਨੋਵੇਸ਼ਨ ਕੀਤੀ ਔਰ ਉਸਦੇ ਦਰਵਾਜ਼ੇ ਸਾਰੇ ਰੈਨੋਵੇਸ਼ਨ ਕੀਤੇ ਔਰ ਉਹੀ ਦਰਵਾਜ਼ੇ ਕਰਵਾਏ। ਮਤਲਬ ਹੈ ਕਿ ਮੇਰਾ ਸ਼ੌਕ ਸੀ ਸ਼ੁਰੂ ਤੋਂ ਹੀ ਕਿ ਮੈਂ ਕੋਈ ਵੀ ਚੀਜ਼ ਤਬਦੀਲ ਨਾ ਕਰਾਂ, ਮੈਂ ਉਹਨਾਂ ਚੀਜ਼ਾਂ ਨੂੰ ਰਿਨਿਊ ਕਰਾਂ ਜਿਹੜੀ ਸੰਗਤਾਂ ਪਾਸੋਂ ਲੱਗੀਆਂ ਹੋਈਆਂ ਨੇ। ਪਿਆਰੇ ਸਾਧ ਸੰਗਤ ਜੀ, ਇਹ ਅਸਥਾਨ ਜਿਹੜਾ ਹੈ ਇਸ ਵੇਲੇ ਤੁਸੀਂ ਦਰਸ਼ਨ ਕਰ ਸਕਦੇ ਹੋ ਕਿ ਇਸਦੀ ਜੋ ਵੀ ਚੀਜ਼ਾਂ ਬਣੀਆਂ ਹੋਈਆਂ ਨੇ, ਜੋ ਵੀ ਉਸ ਵਕਤ ਦੀਆਂ ਬਣੀਆਂ ਹੋਈਆਂ ਸਨ ਉਹਨਾਂ ਨੂੰ ਰੀਨਿਊ ਕੀਤਾ ਜਾ ਰਿਹਾ ਹੈ। ਇਹਦੇ 'ਚ ਕੋਈ ਵੀ ਚੀਜ਼ ਤਬਦੀਲ ਨਹੀਂ ਹੋ ਰਹੀ ਹੈ। ਮਤਲਬ ਹੈ ਕਿ ਪਾਲਕੀ ਅਗਰ ਇੱਟ ਦੀ ਬਣੀ ਸੀ, ਇੱਟ ਦੀ ਹੀ ਬਣੀ ਹੋਈ ਹੈ, ਇਹਦੇ 'ਚ ਕੋਈ ਕੰਕਰੀਟ ਦੀ ਅਸੀਂ ਨਹੀਂ ਬਣਾ ਰਹੇ। ਮਤਲਬ ਕਿ ਇੱਟ ਦਾ ਕੰਮ ਇੱਟ ਦਾ ਹੀ ਹੋ ਰਿਹਾ ਹੈ। ਕਾਰੀਗਰ ਇਸ ਵੇਲੇ ਤਕਰੀਬਨ ਸਾਡੇ ਕੋਲ ਕਾਫੀ ਸਾਰੇ ਲੱਗੇ ਹੋਏ ਨੇ ਔਰ ਇਹ ਜਿਹੜੀ ਸੇਵਾ ਹੋ ਰਹੀ ਹੈ ਸਾਡੇ 500 ਸਾਲਾਂ ਦੀ ਤਿਆਰੀ ਹੈ ਸਾਡੇ ਸੰਗਤਾਂ ਦੀ ਕਿ ਸੰਗਤਾਂ ਜਿਹੜੀਆਂ ਆਉਣ ਉਹ ਦਰਸ਼ਨ ਕਰਨ ਔਰ ਉਹਨਾਂ ਨੂੰ ਇਹ ਅਸਥਾਨ ਚਮਕਦਾ ਦਮਕਦਾ ਨਜ਼ਰ ਆਵੇ। ਔਰ ਅਸੀਂ ਵਿਦੇਸ਼ਾਂ 'ਚੋਂ ਬੈਠੇ ਹੋਏ ਨਨਕਾਣਾ ਸਾਹਿਬ ਦੀਆਂ ਸਮੂਹ ਸੰਗਤਾਂ, ਪਾਕਿਸਤਾਨ ਦੀਆਂ ਸਮੂਹ ਸੰਗਤਾਂ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਔਰ 550 ਸਾਲਾਂ ਜਿਹੜੀ ਆ ਰਹੀ ਹੈ ਸਾਰਿਆਂ ਨੂੰ ਵਧਾਈ ਦਿੰਦੇ ਹਾਂ ਔਰ ਸਾਰਿਆਂ ਨੂੰ ਮੈਂ ਇਹ ਮੈਸੇਜ ਵੀ ਦਿੰਦਾ ਹਾਂ ਕਿ ਪਿਆਰੇ ਸਾਧ ਸੰਗਤ ਜੀ, ਆਪ ਜੀ ਦਾ ਆਉਣਾ ਜਿਹੜਾ ਹੋਇਆ ਪਾਕਿਸਤਾਨ ਦੇ ਵਿੱਚ, ਜਦੋਂ ਤੁਸੀਂ ਆਓਗੇ ਇਹ ਅਸਥਾਨ ਹੋਰ ਚਮਕਦੇ ਦਮਕਦੇ ਹੋ ਜਾਣਗੇ। ਜਦੋਂ ਤੁਸੀਂ ਘਰ ਬੈਠੋਗੇ ਡਲੋਗੇ, ਪਾਕਿਸਤਾਨ ਦੇ ਵਿੱਚ 1947 ਤੋਂ ਲੈ ਕੇ ਹੁਣ ਤੱਕ ਕੋਈ ਐਸਾ ਵਾਕਿਆ ਨਹੀਂ ਪੇਸ਼ ਆਇਆ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਕਿ ਵਿਦੇਸ਼ਾਂ 'ਚੋਂ ਅਸੀਂ ਬਾਹਰ ਯਾਨੀ ਪਾਕਿਸਤਾਨ ਨਹੀਂ ਜਾਣਾ ਹੈਗਾ। ਇਹਨਾਂ ਗੱਲਾਂ ਨੂੰ ਤੁਸੀਂ ਛੱਡ ਦਿਓ, ਤੁਸੀਂ ਸਕੂਨ ਨਾਲ ਪਾਕਿਸਤਾਨ ਦੇ ਵਿੱਚ ਔਰ ਆਪਣੇ ਗੁਰਦੁਆਰਾਂ ਦੀ ਜਿਹੜੀ ਚਮਕ ਦਮਕ ਹੈ ਉਸ ਨੂੰ ਕਾਇਮ ਰੱਖੋ। ਬਕਾਇਆ ਤੁਸੀਂ ਗੁਰਦੁਆਰਾ ਦੇਖ ਸਕਦੇ ਹੋ,
ਪੁਰਾਣੀਆਂ ਤਸਵੀਰਾਂ ਵੀ ਤੁਸੀਂ ਦੇਖ ਲਓ, ਹੁਣ ਵੀ ਤੁਸੀਂ ਦੇਖ ਲਓ, ਤੁਹਾਨੂੰ ਉਹੀ ਚੀਜ਼ ਨਜ਼ਰ ਆਏਗੀ। ਗੁਰੂ ਮਹਾਰਾਜ ਜੀ ਬਖਸ਼ ਸਦਕਾ ਇਹਦੇ 'ਚ ਕੋਈ ਚੇਂਜਿੰਗ ਨਹੀਂ। ਇਹਦੇ ਦਰਵਾਜ਼ੇ ਵੀ ਉਹੀ ਲੱਗਣਗੇ ਜਿਹੜੇ ਦਰਵਾਜ਼ੇ ਇਹਦੇ ਪੁਰਾਤਨ ਦਰਵਾਜ਼ੇ ਨੇ। ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸੱਚੇ ਸੌਦੇ ਦਾ ਗੇਟ, ਔਰ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸੱਚੇ ਸੌਦੇ ਦਰਵਾਜ਼ੇ ਦੇ ਉਹੀ ਪੁਰਾਤਨ ਦਰਵਾਜ਼ੇ ਲਿਆ ਕੇ ਸਾਫ਼ ਕਰਕੇ ਦੁਬਾਰਾ ਲਗਵਾਏ ਗਏ ਨੇ। ਪੰਜਵੀਂ ਛੇਵੀਂ ਪਾਤਸ਼ਾਹੀ ਦੇ ਵੀ ਉਹੀ ਦਰਵਾਜ਼ੇ ਜਿਹੜੇ ਨੇ ਉਹੀ ਸਭ ਕੁਛ ਸਾਫ਼ ਕੀਤਾ ਹੋਇਆ ਵਾ। ਕੈਮੀਕਲ ਨਾਲ ਸਾਫ਼ ਅਸੀਂ ਕਰਨੇ ਹਾਂ ਅਤੇ ਉਹਦੇ ਉੱਪਰ ਮਿਹਨਤ ਕਰਨੇ ਹਾਂ ਕਿ ਜੋ ਜੈਨੂਅਨ ਚੀਜ਼ ਆ ਉਹ ਜੈਨੂਅਨ ਆ ਜਾਵੇ। ਗੁਰਦੁਆਰਾ ਰੋੜੀ ਸਾਹਿਬ ਗੁਰਦੁਆਰਾ ਦਾ ਤੁਸੀਂ ਦਰਸ਼ਨ ਕਰ ਸਕਦੇ ਹੋ ਕਿ ਮੇਨ ਅਸਥਾਨ ਦੇ ਜਿਹੜੇ ਅੰਦਰ ਦੀਆਂ ਬਾਰੀਆਂ ਨੇ ਔਰ ਮੇਨ ਅਸਥਾਨ ਦੇ ਜਿਹੜਾ ਰੰਗ ਹੈ ਉਹ ਵੀ ਜੈਨੂਅਨ ਅਸੀਂ ਸਾਰਾ ਕੁਛ ਕਰਵਾ ਕੇ, ਮਤਲਬ ਹੈ ਕਿ ਮੈਨੂੰ ਜ਼ਿਆਦਾਤਰ ਸ਼ੌਕ ਹੈਗਾ ਕਿ ਮੈਂ ਪੁਰਾਣੀ ਚੀਜ਼ਾਂ ਦਾ ਸੇਵਾ ਕਰਾਂ, ਮੈਂ ਨਵੀਂ ਚੀਜ਼ ਇਹ ਨਹੀਂ ਕਿ ਪੁਰਾਣੀ ਚੀਜ਼ ਨੂੰ ਖਤਮ ਕਰ ਦੇਵਾਂ ਔਰ ਨਵੀਂ ਚੀਜ਼ ਲਗਾਵਾਂ। ਜਨਮ ਅਸਥਾਨ ਦੇ ਵਿੱਚ ਇੱਕ ਐਸਾ ਗੇਟ ਹੈ ਜਿਹੜਾ ਲੰਗਰ ਖਾਨੇ ਵੱਲ ਖੁੱਲ੍ਹਦਾ ਹੈਗਾ, ਜਦੋਂ ਮੈਂ ਉਸ ਨੂੰ ਦੇਖਿਆ ਕਿ ਉਹ ਬਹੁਤ ਜ਼ਿਆਦਾ ਖੂਬਸੂਰਤ ਸੀ, ਮੈਂ ਉਸੀ ਨੂੰ ਉਤਾਰ ਕੇ ਉਸੀ ਦੀ ਸਫਾਈ ਕਰਵਾ ਕੇ ਉਸੇ ਨੂੰ ਰਿਨਿਊ ਕੀਤਾ ਹੈਗਾ। ਬਹੁਤ ਸਾਰੀਆਂ ਸੇਵਾਵਾਂ ਦਾਸ ਵੱਲੋਂ ਹੋਈਆਂ ਨੇ, ਪਰ ਜਿੰਨੀਆਂ ਵੀ ਸੇਵਾਵਾਂ ਹੋਈਆਂ ਨੇ ਗੁਰੂ ਮਹਾਰਾਜ ਜੀ ਬਖਸ਼ ਸਦਕਾ ਆਪ ਜੀ ਨੂੰ ਪੁਰਾਣੀ ਚੀਜ਼ ਨੂੰ ਰਿਨਿਊ ਮਿਲੇਗੀ, ਪੁਰਾਣੀ ਚੀਜ਼ ਨੂੰ ਖਤਮ ਕਰਕੇ ਨਹੀਂ ਕੀਤੀ ਹੋਏਗੀ। ਮੈਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਜਿੰਨੀਆਂ ਸੰਗਤਾਂ ਪਾਕਿਸਤਾਨ 'ਚ ਆ ਸਕਦੀਆਂ ਨੇ ਵੱਧ ਤੋਂ ਵੱਧ ਆਓ, ਜਿੰਨਾ ਤੁਸੀਂ ਆਓਗੇ ਉਹਨਾਂ ਹੀ ਤੁਹਾਡੀਆਂ ਗੁਰਦੁਆਰੇ ਜਿਹੜੇ ਚਮਕ ਦਮਕ 'ਚ ਹੋਣਗੇ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਜੀ ਵੀਰ ਜੀ, ਤੁਸੀਂ ਸੇਵਾ ਸੰਭਾਲ ਦੇਖ ਕੇ ਆ ਰਹੇ ਹੋ, ਸਾਰੀ ਜਿਹੜੀ ਹੈ ਆਪਣੀ ਨਜ਼ਰ ਨਾਲ ਦੇਖ ਕੇ ਆ ਰਹੇ ਹੋ ਕਿ ਪੁਰਾਣੇ ਗੁਰਦੁਆਰੇ ਦੀ ਜਿਹੜੀ ਪੁਰਾਤਨ ਜਿਹੜੀ ਬਿਲਡਿੰਗ ਸੀ ਸੇਮ ਉਹੀ ਉਹਨੂੰ ਹੀ ਰੱਖਿਆ ਗਿਆ, ਔਰ ਰਹਿਤ ਮਰਿਆਦਾ ਦਾ ਵੀ ਪੂਰਾ ਖਿਆਲ ਰੱਖਿਆ ਗਿਆ ਕਿ ਕੋਈ ਬਿਲਡਿੰਗ ਨੂੰ ਖਰਾਬ ਨਾ ਕੀਤਾ ਜਾਏ, ਨਾ ਹੀ ਬਿਲਡਿੰਗ ਦੀ ਕੋਈ ਚੀਜ਼ ਨੂੰ ਬਦਲੇ ਜਾਏ। ਤਾਂ ਤੁਸੀਂ ਦੇਖਿਆ ਕਿ ਓਰਿਜਨਲ ਬਿਲਡਿੰਗ ਥੱਲੇ ਉਹੀ ਹੈ, ਕੋਈ ਚੀਜ਼ ਉਹਦੇ ਵਿੱਚ ਜ਼ਰਾ ਬਰਾਬਰ ਵੀ ਚੇਂਜ ਨਹੀਂ ਕੀਤੀ ਗਈ। ਸਿਰਫ ਇਹਨੂੰ ਕਿਹਾ ਜਾਂਦਾ ਟਿਕਾਈ, ਟਿਕਾਈ ਦਾ ਕੰਮ ਦਾ ਮਤਲਬ ਹੁੰਦਾ ਕਿਹੜਾ ਪਹਿਲਾ ਮਸਾਲਾ ਲੱਗਾ ਹੈ ਉਹਨੂੰ ਰਿਮੂਵ ਕਰਕੇ ਤੇ ਨਵਾਂ ਲਾਇਆ ਜਾਂਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਜਿਵੇਂ ਭਾਜੀ ਨੇ ਕਿਹਾ ਵਾ, ਤੇ ਪਿੱਛੇ ਨਾ ਜਿਹੜੀਆਂ ਕੰਧਾਂ ਵਾ ਤੁਸੀਂ ਜੇ ਦਰਸ਼ਨ ਕਰਾ ਦੋ ਨਾ, ਮੈਂ ਦਿਖਾ ਕਰਾ ਦੀਆਂ। ਅੱਛਾ ਅੱਛਾ, ਹਾਂ ਅਸੀਂ ਹੁਣੇ ਪਿੱਛੋਂ ਜਾ ਕੇ ਆਏ ਹਾਂ, ਚਲੋ ਇੱਥੋਂ ਤੇ ਤੁਸੀਂ ਦੇਖ ਸਕਦੇ ਆ ਉੱਤੇ, ਉਹ ਉੱਤੇ ਤਾਂ ਥੰਮਲੇ ਹੈਗੇ ਆ ਜਾਂ ਥੱਲੇ ਥੰਮਲੇ ਦਿਖ ਰਹੇ ਜਿਹਨਾਂ ਕੰਮ ਚੱਲਣ ਦਿਆ, ਇਹ ਅੱਗੋਂ ਅੱਗੋਂ ਕਾਫੀ ਕੰਮ ਹੋ ਗਿਆ, ਪਿੱਛੇ ਨਹੀਂ ਹੋਇਆ। ਤੇ ਉੱਥੇ ਉਹ ਦਿਖਾਈ ਦਿੰਦਾ ਜਿਵੇਂ ਕੰਧਾਂ ਬੈਠ ਜਾਂਦੀ, ਜਿਹਨੂੰ ਆਪਾਂ ਕਹਿੰਦੇ ਨੀਂਹ ਬੈਠ ਜਾਂਦੀ, ਤਰੇੜ ਪੈ ਜਾਂਦੀ ਆ, ਉਹੋ ਜਿਹੀਆਂ ਚੀਜ਼ਾਂ ਦਿਖਦੀਆਂ ਵਾ ਜਿਹਨਾਂ ਦੇ ਕਰਕੇ ਬਿਲਡਿੰਗ ਸ਼ਾਇਦ ਅਨਸੇਫ ਕਰਾਰ ਦਿੱਤੀ ਜਾਂਦੀ ਕੀਤੀ ਗਈ। ਤੇ ਹੁਣ ਵੇਖੋ ਬਹੁਤ ਹੀ ਨੀਟ ਐਂਡ ਕਲੀਨ ਲੱਗ ਰਿਹਾ, ਬਹੁਤ ਸੋਹਣਾ ਕੰਮ ਹੋ ਰਿਹਾ ਵਾ, ਬੜੀ ਤੇਜ਼ੀ ਨਾਲ ਹੋ ਰਿਹਾ ਵਾ। ਸਾਰੇ ਵੀਰ ਇੱਥੇ ਪ੍ਰਸ਼ਾਦਾ ਛਕ ਰਹੇ ਜਿਹੜੇ ਇਸ ਵੇਲੇ ਕੰਮ ਕਰ ਰਹੇ ਸੀਗੇ, ਤੇ ਹੁਣ ਹੀ ਪ੍ਰਸ਼ਾਦਾ ਛਕਣ ਲੱਗੇ ਆ, ਤੇ ਜਦੋਂ ਆਏ ਸੀ ਉਦੋਂ ਤੇ ਪੂਰੀ ਤੇਜ਼ੀ ਨਾਲ ਕੰਮ ਕਰ ਰਹੇ ਸੀ ਸਾਰੇ, ਜਦੋਂ 15-20 ਮਿੰਟ ਪਹਿਲਾਂ ਇੱਥੇ ਆਏ ਸੀਗੇ ਅਸੀਂ। ਤੇ ਇਸ ਕਰਕੇ ਕਈ ਵਾਰ ਬੈਠੇ ਹਾਂ ਦੂਰ, ਆਪਾਂ ਨੂੰ ਗਲਤ ਫਹਿਮੀਆਂ ਵੀ ਹੋ ਜਾਂਦੀਆਂ ਵਾ, ਨਹੀਂ ਵੀ ਪਤਾ ਲੱਗਦਾ ਜਾਂ ਕੋਈ ਗਲਤ ਇਨਫੋਰਮੇਸ਼ਨ ਆ ਜਾਏ ਆਪਾਂ ਉਹ ਵੀ ਬਿਲੀਵ ਕਰ ਲੈਂਦੇ ਹਾਂ। ਕੋਈ ਚੇਂਜਿੰਗ ਕੀਤੀ ਜਾ ਰਹੀ ਹੈ? ਨਹੀਂ, ਜੋ ਮੈਨੂੰ ਦੇਖਿਆ ਅੱਖਾਂ ਨਾਲ ਉਹ ਮੈਂ ਆਉਂਦੇ ਹੀ ਇਹੀ ਇਨਕੁਆਇਰੀ ਕੀਤੀ ਸੀ ਤੁਹਾਡੇ ਆਉਣ ਤੋਂ ਪਹਿਲਾਂ, ਜਦੋਂ ਮੈਂ ਅੰਦਰ ਵੜਿਆ ਤੁਹਾਡੇ ਤੋਂ ਪਹਿਲਾਂ, ਉਹ ਇੱਥੇ ਜਿਹੜੇ ਵੀਰ ਸੀ ਉਹਨਾਂ ਨੂੰ ਪੁੱਛਿਆ ਵੀ ਬਿਲਡਿੰਗ ਦਾ ਕੀ ਹੈ, ਪੁਰਾਣੀ ਆ ਨਵੀਂ ਆ ਬਣ ਰਹੀ, ਫਿਰ ਉਹਨਾਂ ਦੱਸਿਆ ਵੀ ਪੁਰਾਣੀ ਉੱਦਾਂ ਹੀ। ਹੁਣ ਅਸੀਂ ਪਿੱਛੇ ਝਾਤੀ ਮਾਰ ਆਏ ਸਾਰੇ, ਅਤੇ ਆਪ ਦੇਖ ਆਏ ਹਾਂ ਵੀ ਉਹੀ ਬਿਲਡਿੰਗ ਉੱਦਾਂ ਦੀ ਉੱਦਾਂ ਹੀ ਖੜੀ। ਹਾਂਜੀ ਹਾਂਜੀ ਹਾਂਜੀ, ਉੱਦਾਂ ਹੀ ਉਹਨੂੰ ਸਾਰੀ ਨੂੰ ਰਿਸਟੋਰ ਕੀਤਾ ਜਾ ਰਿਹਾ। ਵੈਲ ਡਨ ਵੀ ਜੀ, ਅਸੀਂ ਥੋੜ੍ਹਾ ਜਿਹਾ ਗੁਰੂ ਪਿਆਰੀ ਸੰਗਤ ਨੂੰ ਲਾਗੇ ਜਾ ਕੇ ਜਿਹੜਾ ਉਹ ਦਿਖਾਉਣਾ ਚਾਹਾਂਗਾ ਮੈਂ ਕਿ ਅਸੀਂ ਚੱਲੀਏ ਅੱਗੇ, ਔਰ ਅੱਗੇ ਚੱਲ ਕੇ ਵੀਰ ਜੀ ਜਿੱਥੋਂ ਚਟਾਈ ਸ਼ੁਰੂ ਕੀਤੀ ਹੋਈ ਹੈ ਤੁਸੀਂ, ਅਤੇ ਵੀਰ ਜੀ ਤੁਸੀਂ ਲੰਗਰ ਤਾਂ ਪਵੋ ਇਸ ਪਾਸੋਂ ਵੀਰ ਜੀ, ਉਹ ਤਾਂ ਜਿੱਥੋਂ ਚਟਾਈ ਥੋੜ੍ਹੀ ਜਿਹੀ ਨੰਗੀ ਹੈ। ਅੱਛਾ ਅੱਛਾ ਅੱਛਾ, ਅੱਜ ਗੁਰੂ ਪਿਆਰੀ ਸੰਗਤ ਜੀ ਇਹ ਗੁਰਮੁਖੀ ਦੇ ਅੰਦਰ ਜਿਹੜਾ ਇਤਿਹਾਸ ਹੈ ਉਹ ਸਾਰਿਆ ਗਿਆ, ਇਹ ਲਿਖਿਆ ਹੋਇਆ ਸਾਰਾ ਇਤਿਹਾਸ ਇਸ ਗੁਰਦੁਆਰਾ ਸਾਹਿਬ ਦਾ। ਇਹ ਉਹ ਵਣ ਦਾ ਦਰਖਤ ਹੈ ਜੀ, ਠੀਕ ਹੈ ਜੀ, ਜਿਹਦੀ ਬਹੁਤ ਵੱਡੀ ਤਾਰੀਖ ਹੈ, ਔਰ ਅੱਜ ਤੱਕ ਤਕਰੀਬਨ 500 ਅਤੇ ਤੁਸੀਂ 40 ਸਾਲ ਕਹਿ ਲਵੋ ਕਿ 540 ਸਾਲਾਂ ਤੋਂ ਬਾਅਦ ਵੀ ਅੱਜ ਤੱਕ ਜਿਹੜਾ ਇਹ ਦਰਖਤ ਉੱਥੇ ਦਾ ਉੱਥੇ ਹੀ ਹੈ, ਬਲਕਿ ਅੱਗੇ ਤੋਂ ਜ਼ਿਆਦਾ ਵਧੀਆ ਫੁੱਲਿਆ। ਔਰ ਇੱਥੇ ਜੋਤ ਜਲਦੀ ਹੈ ਜੀ ਪਹਿਲੇ ਪਾਤਸ਼ਾਹ ਦੇ ਨਾਮ ਦੀ, ਇਹ ਜਗ੍ਹਾ ਜੀ ਉਹ ਨਾਲ ਦੀ ਨਾਲ। ਆਹ ਦੇਖੋ ਜੀ ਗੁਰੂ ਪਿਆਰੀ ਸੰਗਤ ਜੀ, ਇਹ ਅਸਲ ਬਿਲਡਿੰਗ ਹੈ, ਇਹ ਕੋਈ ਨਵੀਂ ਬਿਲਡਿੰਗ ਨਹੀਂ ਹੈ, ਅਸਲ ਬਿਲਡਿੰਗ ਜਿਹੜੀ ਪੁਰਾਤਨ ਹੈ, ਜਦੋਂ ਕਹਿ ਲਓ ਤੁਸੀਂ ਕਿ ਗੁਰੂ ਸਿੰਘ ਸਭਾ ਮੂਵਮੈਂਟ ਚੱਲੀ ਸੀ ਉਹਦੇ ਵਿੱਚ, ਆਹ ਦੇਖ ਲਓ ਤੁਸੀਂ ਦਰਾੜਾਂ, ਜਿਹੜੇ ਲੋਕ ਕਹਿੰਦੇ ਆ ਨਾ ਕਿ ਗੁਰੂ ਘਰਾਂ ਨੂੰ ਕਿਉਂ ਛੇੜਿਆ ਜਾ ਰਿਹਾ ਜਾਂ ਕਿਉਂ ਚਟਾਈ ਕੀਤੀ ਜਾ ਰਹੀ ਹੈ, ਕਿਉਂ ਉਂਝ ਕੀਤਾ ਜਾ ਰਿਹਾ, ਅਤੇ ਆਪਣਾ ਗਿਆਨੀ ਜੀ ਤੁਹਾਨੂੰ ਪੂਰੀ ਡਿਟੇਲ ਦੱਸਦੇ ਆ
ਕਿ ਕਿੱਡੀਆਂ ਕਿੱਡੀਆਂ ਵੱਡੀਆਂ ਦਰਾੜਾਂ ਪੈ ਗਈਆਂ ਸੀ। ਪਿਆਰੇ ਸਾਧ ਸਿੰਘ ਜੀ, ਇਹਦੇ ਵਿੱਚ ਤੁਸੀਂ ਇਹ ਵੀ ਦੇਖ ਸਕਦੇ ਹੋ, ਉੱਪਰ ਜਿਹੜੀਆਂ ਇਹਦੀਆਂ ਛੇੜਾਂ ਬਣੀਆਂ ਸਨ ਉਹ ਸਾਰੀਆਂ ਟੁੱਟ ਗਈਆਂ ਸਨ। ਇਹਦੀ ਮੈਂ ਤਸਵੀਰਾਂ ਸਾਰੀਆਂ ਸ਼ੇਅਰ ਕਰਾਂਗਾ ਉਹਦੇ ਤੇ। ਹਾਂਜੀ, ਤੇ ਇਹਦੇ ਵਿੱਚ ਉਹ ਵੀ ਤੁਹਾਨੂੰ ਦਿਖਾ ਵੀ ਚੁੱਕੇ ਨੇ। ਗੁਰੂ ਨਾਨਕ ਮਿਸ਼ਨ ਧਾਰਮਿਕ ਸਕੂਲ ਵੱਲ ਜਿਹੜਾ ਹੈ ਉਹ ਵੈਬਸਾਈਟ ਹੈ, ਉਹਦੇ ਤੁਸੀਂ ਚੈੱਕ ਵੀ ਕਰ ਸਕਦੇ ਹੋ। ਔਰ ਜਿੰਨੇ ਵੀ ਤੁਸੀਂ ਇਸ ਵਕਤ ਦੇਖ ਰਹੇ ਹੋ ਉਹ ਸਾਰਾ ਪੁਰਾਤਨ, ਇਹਦੇ ਵਿੱਚ ਜਿਹਦੇ ਵਿੱਚ ਕੋਈ ਵੀ ਚੀਜ਼ ਦੇ ਵਿੱਚ ਛੇੜਖਾਨੀ ਨਹੀਂ ਕੀਤੀ ਜਾਏਗੀ। ਸਿਰਫ ਜੋ ਉਹਦੇ ਉੱਪਰ ਪਲਸਤਰ ਲੱਗਾ ਸੀ ਉਹੀ ਪਲਸਤਰ ਉਤਾਰ ਕੇ ਉਹਦੇ ਉੱਪਰ ਪਲਸਤਰ ਕੀਤਾ ਜਾ ਰਿਹਾ ਹੈ। ਸਭ ਕੁਝ ਗੁਰਮਾਂ ਜੀ ਬਖਸ਼ ਸਦਕਾ ਉਹੀ ਹੋਏਗੀ। ਇਹਦੇ 'ਚ ਜਿਹੜੀ ਟਾਇਲ ਲੱਗੀ ਸੀ 2.5 ਫੁੱਟ ਦੀ ਟਾਇਲ, ਅਸੀਂ 2.5 ਫੁੱਟ ਦੀ ਟਾਇਲ ਨੂੰ ਵੀ ਨਹੀਂ ਜ਼ਾਇਆ ਕੀਤਾ ਹੋਇਆ, ਅਸੀਂ ਉਹਦੇ ਉੱਪਰ ਸਰੀਏ ਪਾ ਕੇ ਕੰਕਰੀਟ ਪਾ ਕੇ ਉਸ ਨੂੰ ਮਜ਼ਬੂਤ ਕੀਤਾ ਹੈਗਾ। ਇਹ ਜਗ੍ਹਾ ਦੇਖੋ ਨਾ, ਇਹ ਜਗ੍ਹਾ ਦੇ ਉੱਤੇ ਪਏ ਹੋਏ ਸਨ ਜਿਹਨੂੰ ਆਪਾਂ ਕਹਿ ਸਕਦੇ ਕਿ ਲੋਹੇ ਦੀਆਂ ਪਲੇਟਾਂ ਪਈਆਂ ਹੋਈਆਂ ਸਨ। ਉਹ ਲੋਹੇ ਦੀ ਪਲੇਟ ਜਿਹੜੀ ਸੀ ਗਲ ਗਈ ਸੀ, ਇਹ ਫਟ ਗਈ ਸੀ, ਅਸੀਂ ਦੁਬਾਰਾ ਅਸੀਂ ਇੱਕ ਇੱਟ ਨਿਕਾਲ ਕੇ ਅਸੀਂ ਇਸ ਨੂੰ ਦੁਬਾਰਾ ਰੀਨਿਊ ਕੀਤਾ ਹੈਗਾ, ਮਜ਼ਬੂਤ ਕੀਤਾ ਹੈਗਾ। ਇੱਕ ਸਾਈਡ ਅਜੇ ਵੀ ਰਹਿੰਦੀ ਹੈ, ਤੁਸੀਂ ਦੇਖ ਸਕਦੇ ਹੋ ਅਜੇ ਇਸ ਸਾਈਡ ਨੂੰ ਅਜੇ ਹਾਂਜੀ ਖੁੱਲ੍ਹੀ ਪਈ ਹੈ, ਅਤੇ ਇਹ ਵੀ ਅਸੀਂ ਇਹਨੂੰ ਦੁਬਾਰਾ ਕਰਕੇ ਇਹਨੂੰ ਦੁਬਾਰਾ ਰੀਨਿਊ ਕਰਨਾ ਹੈਗਾ। ਇਸੇ ਤਰੀਕੇ ਨਾਲ ਤੁਸੀਂ ਅੱਗੇ ਦੇਖ ਸਕਦੇ ਹੋ ਕਿ ਜਿਹਦੇ 'ਚ ਇਹ ਮਟੀਰੀਅਲ ਨਿਕਲਿਆ, ਮਟੀਰੀਅਲ ਮੈਂ ਮਟੀਰੀਅਲ ਵੱਲ ਲੈ ਕੇ ਜਾਵਾਂਗਾ। ਇਹ ਮਟੀਰੀਅਲ ਇਸ ਤੋਂ ਨਿਕਲਿਆ ਹੈਗਾ, ਮਟੀਰੀਅਲ ਤੁਸੀਂ ਦੇਖ ਸਕਦੇ ਹੋ ਕਿ ਮਟੀਰੀਅਲ ਸਾਰਾ ਮਰ ਚੁੱਕਿਆ ਹੈਗਾ। ਇਹ ਦੇਖੋ ਨਾ, ਇਹ ਮਟੀਰੀਅਲ ਸਾਰਾ ਮਰ ਚੁੱਕਿਆ ਹੈਗਾ, ਵੇਖੋ ਇਹ ਸਾਰਾ ਮਰ ਚੁੱਕਿਆ ਮਟੀਰੀਅਲ ਹੈ, ਇਹ ਤੁਸੀਂ ਦੇਖ ਸਕਦੇ ਹੋ, ਇਹ ਮੇਰੇ ਦੋ ਉਂਗਲੀਆਂ ਨਾਲ ਇਸ ਤਰ੍ਹਾਂ ਟੁੱਟ ਰਿਹਾ, ਵੇਖੋ ਇਹ ਸਾਰਾ ਮਟੀਰੀਅਲ ਮਰ ਚੁੱਕਿਆ ਹੈਗਾ ਇਹ ਸਾਰਾ। ਹਾਂਜੀ, ਪ੍ਰਕਾਸ਼ ਹੁੰਦਾ ਤੇ ਉਸ ਵੇਲੇ ਜਿਹੜਾ ਉਹ ਤੋਂ ਚੂਨਾ ਔਰ ਕੱਚ ਗੇਰੀ ਡਿੱਗੀ। ਹਾਂਜੀ ਬਿਲਕੁਲ ਬਿਲਕੁਲ, ਸਾਰਾ ਬਕਾਇਦਾ ਡਿੱਗੀ ਜਾਂਦਾ ਸੀ। ਹਾਂਜੀ ਹਾਂਜੀ, ਔਰ ਇਸ ਤੋਂ ਇਲਾਵਾ ਪਿਆਰੇ ਸਾਧ ਸਿੰਘ ਜੀ, ਇੱਕ ਹੋਰ ਚੀਜ਼ ਮੈਂ ਤੁਹਾਨੂੰ ਮਜ਼ੇ ਦੀ ਦੱਸ ਦਵਾਂ ਕਿ ਇਹਦੇ ਅੰਦਰ ਇੱਕ ਹੋਇਆ ਵਾ ਜਿਸ ਨੂੰ ਬਹੁਤ ਜ਼ਿਆਦਾ ਕਿਹਾ ਜਾਂਦਾ ਮੁਲਤਾਨੀ ਕੰਮ। ਪਿਆਰੇ ਸਾਧ ਸਿੰਘ ਜੀ, ਮੁਲਤਾਨੀ ਕੰਮ ਨੂੰ ਮੈਂ ਬਿਲਕੁਲ ਰੀਨਿਊ ਕਰਨਾ ਹੈਗਾ, ਉਸ ਨੂੰ ਖਤਮ ਨਹੀਂ ਕਰਨਾ ਹੈਗਾ। ਉਹ ਤੁਸੀਂ ਵੇਖ ਸਕੋਗੇ ਕਿ ਤੁਹਾਨੂੰ ਉਹ ਮਿਲੇਗੀ ਚਮਕ ਦਮਕ ਦਾ। ਹਾਂਜੀ, ਇਸ ਨੂੰ ਮੈਂ ਰੀਨਿਊ ਕਰਾਂਗਾ, ਇਸ ਨੂੰ ਖਤਮ ਨਹੀਂ ਕਰਾਂਗਾ। ਇਹ ਜਿਹੜਾ ਕੰਮ ਹੋਇਆ ਇਹ ਵਾਲਾ ਕੰਮ ਇਹ ਇਸੇ ਤਰ੍ਹਾਂ ਹੀ ਰਹੇਗਾ। ਤੁਸੀਂ ਜਦੋਂ ਵੀ ਆਓਗੇ ਤੁਸੀਂ ਦੇਖ ਸਕੋਗੇ ਕਿ ਇਹ ਤੁਹਾਡਾ ਇਤਿਹਾਸ ਹੈ ਔਰ ਤੁਹਾਡਾ ਕੰਮ ਹੈਗਾ। ਇਸ ਨੂੰ ਮੈਂ ਇਸੇ ਤਰੀਕੇ ਨਾਲ ਤੁਹਾਨੂੰ ਦਿਖਾਵਾਂਗਾ। ਔਰ ਜਿੰਨਾ ਵੀ ਕੰਮ ਹੋਏਗਾ ਗੁਰੂ ਮਾਂ ਜੀ ਬਖਸ਼ ਸਦਕਾ, ਇਹ ਬਿਲਕੁਲ ਪਿਆਰ ਸਦਕਾ, ਬਾਰੀਆਂ ਦਰਵਾਜ਼ੇ ਸਾਰਾ ਕੁਝ ਉਹੀ ਹੋਏਗਾ। ਇਸ 'ਚ ਕੋਈ ਚੀਜ਼ ਹਾਂ ਪੁਰਾਤਨ ਇਹ ਇਸ ਚੀਜ਼ ਨੂੰ ਨਹੀਂ ਛੇੜਿਆ ਜਾਏਗਾ, ਕਿਉਂਕਿ ਇਹਦੇ ਵਾਸਤੇ ਮੁਲਤਾਨੋ ਕਾਰੀਗਰ ਆਉਣਗੇ ਔਰ ਇਸ ਨੂੰ ਰਿਫਰੈਸ਼ ਕਰਨਗੇ ਔਰ ਇਸ ਨੂੰ ਦੁਬਾਰਾ ਰੀਨਿਊ ਕਰਨਗੇ। ਕਿਉਂਕਿ ਕੁਛ ਲੋਕ ਜਿਹੜੇ ਸਨ ਉਹ ਕਹਿ ਰਹੇ ਸਨ ਕਿ ਅੰਦਰ ਕਾਸ਼ੀਕਾਰੀ, ਅਸਲ ਵਿੱਚ ਇਹ ਮੁਲਤਾਨੀ ਆਰਟ ਵੀ ਕਿਹਾ ਜਾਂਦਾ ਇਹਨੂੰ, ਲੇਕਿਨ ਇਹ ਮੁਗਲਾਈ ਵਾਲ ਫਰੈਸਕੋ ਹੈ ਜਿਹੜਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਅੰਦਰ ਵੀ ਹੈ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਥਾਨ 'ਤੇ ਵੀ ਇਸ ਤਰ੍ਹਾਂ ਦੀ ਫੁਲਕਾਰੀ ਹੋਈ ਹੈ। ਜਿੰਨੀਆਂ ਵੀ ਇਤਿਹਾਸਿਕ ਬਿਲਡਿੰਗਾਂ ਨੇ, ਚਾਹੇ ਉਹ ਮਸਜਿਦ ਹੈ, ਚਾਹੇ ਉਹ ਮੰਦਿਰ ਹੈ, ਚਾਹੇ ਉਹ ਗੁਰਦੁਆਰਾ ਪਾਕਿਸਤਾਨ ਅੰਦਰ ਹੈ, ਚਾਹੇ ਸਭ ਕੰਟੀਨੈਂਟ ਦੇ ਅੰਦਰ, ਸਾਰੀ ਜਗ੍ਹਾ ਦੇ ਉੱਤੇ ਇਹ ਮਿਲਦਾ, ਇਹਦੀ ਇੱਕ ਆਪਣੀ ਵੈਲਿਊ। ਮੈਨੂੰ ਬਹੁਤ ਖੁਸ਼ੀ ਹੋਈ ਦੇਖ ਕੇ ਜੀ ਨੂੰ। ਔਰ ਪਿਆਰੇ ਸਾਧ ਸਿੰਘ ਜੀ, ਇਸ ਦੇ ਅਗਰ ਕਿਤੇ ਕਾਰੀਗਰ ਹੈ ਨੇ, ਕਿਉਂਕਿ ਅਗਰ ਮੇਰਾ ਆਵਾਜ਼ ਪਾਕਿਸਤਾਨੀ ਸੁਣ ਰਹੇ ਨੇ, ਮੁਲਤਾਨੀ ਵਾਲੇ ਸੁਣ ਰਹੇ ਨੇ, ਕੋਈ ਸੁਣ ਰਹੇ ਨੇ, ਅਗਰ ਅਗਰ ਕੋਈ ਕਾਰੀਗਰ ਹੈ ਤੇ ਦਾਸ ਨਾਲ ਜ਼ਰੂਰ ਰਾਬਤਾ ਕਰਨ। ਮੇਰਾ ਨੰਬਰ ਹੈਗਾ 0300-88-52-7742-741 ਮੇਰਾ ਨੰਬਰ ਹੈ, ਮੇਰੇ ਨਾਲ ਰਾਬਤਾ ਕਰੋ। ਅਗਰ ਕੋਈ ਕਾਰੀਗਰ ਇਸ ਨੂੰ ਕਰ ਸਕਦਾ ਤਾਂ ਕਿ ਉਸਨੂੰ ਮੈਂ ਬੁਲਵਾ ਕੇ ਉਹਦੇ ਕੋਲ ਇਹਦਾ ਰੀਨਿਊ ਕਰਾਂ। ਬਹਰਹਾਲ ਮੇਰਾ ਤਾਂ ਚੱਕਰ ਲੱਗਣਾ ਕਿ ਮੁਲਤਾਨ ਦੇ ਕਾਰੀਗਰ ਨੂੰ ਲੱਭਣ ਵਾਸਤੇ ਮੈਂ ਉਹਦੇ ਪਿੱਛੇ ਜਾਵਾਂਗਾ ਔਰ ਉਹਨੂੰ ਲੱਭਾਂਗਾ ਕਿ ਇਹਨੂੰ ਆਣ ਕੇ ਇਸ ਨੂੰ ਮੁਕੰਮਲ ਕਰੋ। ਇਸ ਤੋਂ ਇਲਾਵਾ ਤੁਸੀਂ ਇਹਦੇ ਅੰਦਰ ਜਿੰਨਾ ਕੁਛ ਵੇਖੋਗੇ ਗੁਰੂ ਮਹਾਰਾਜ ਦੀ ਬਖਸ਼ ਸਦਕਾ, ਤੁਹਾਡੀਆਂ ਸੀਸਾਂ ਸਦਕਾ, ਸਾਰਾ ਕੁਛ ਵਧੀਆ ਹੀ ਹੋਏਗਾ ਔਰ ਸਭ ਕੁਛ ਤੁਹਾਡੇ। ਆਹ ਦੇਖੋ, ਤੁਸੀਂ ਦੇਖ ਸਕਦੇ ਹੋ ਇਹ ਚੀਜ਼ਾਂ ਅਸੀਂ ਖੁਦ ਬਣਾ ਰਹੇ ਹਾਂ, ਕਿਸੇ ਕੋਲ ਨਹੀਂ ਲੈ ਰਹੇ। ਔਰ ਉਹਦੇ ਉੱਪਰ ਪਹਿਲਾ ਖੰਡਾ ਨਹੀਂ ਸੀ, ਇਹ ਖੰਡਾ ਜਿਹੜਾ ਹੈ ਅਸੀਂ ਇਹ ਖੁਦ ਬਣਵਾਇਆ। ਇਹ ਜਿਹੜੀ ਚੀਜ਼ ਸੀ ਇਹ ਪਹਿਲਾਂ ਪੁਰਾਤਨ ਇੱਟਾਂ ਦੀ ਬਣੀ ਹੋਈ ਸੀ, ਇਹ ਵਾਲੀ ਇੱਟਾਂ ਦੀ ਬਣੀ ਹੋਈ ਸੀ, ਇਹ ਅਸੀਂ ਉੱਪਰ ਛਪਾਈ ਕਰੇ ਤਾਂ ਕਿ ਅੱਜ ਦੇ ਦੌਰ ਦੀ ਕੋਈ ਚੀਜ਼ ਸਾਡੇ ਉੱਤੇ ਨਜ਼ਰ ਆਵੇ। ਔਰ ਉਹ ਸਾਰੇ ਚਾਰੇ ਪਾਸੇ ਉਹ ਲੱਗ ਵੀ ਰਹੀਆਂ ਨੇ। ਪਿਆਰੇ ਸਾਧ ਸਿੰਘ ਜੀ, ਇੱਥੇ ਤੁਸੀਂ ਇੱਕ ਚੀਜ਼ ਹੋਰ ਦੇਖ ਸਕਦੇ ਹੋ, ਛੱਤ ਵੇਖੋਗੇ ਨਾ ਤਾਂ ਤੁਸੀਂ ਤੁਹਾਡੀ ਰੂਹ ਤਾਜ਼ਾ ਹੋ ਜਾਏਗੀ। ਡਾਟ ਦੀ ਬਣੀ ਹੋਈ ਹੈ ਔਰ ਫੁਲਕਾਰੀ ਹੋਈ ਹੈ, ਇੱਟ ਦੇ 'ਚ ਫੁਲਕਾਰੀ ਹੋਈ ਹੈ। ਮੈਂ ਇਸਦੇ ਹਾਂਜੀ ਮੈਂ ਇਸਦੀ ਕਾਰੀਗਰਾਂ ਨੂੰ, ਇਸਦੀ ਕਾਰ ਸੇਵਾ ਕਰਨ ਵਾਲੇ ਨੂੰ ਕੋਟ ਕੋਟ ਨਮਸਕਾਰ ਕਰਦਾ ਔਰ ਉਹਨਾਂ ਕਾਰੀਗਰਾਂ ਨੂੰ ਜਿਨ੍ਹਾਂ ਨੇ ਇਸਦੀ ਰੈਨੋਵੇਸ਼ਨ, ਇਸਦੀ ਇਮਾਰਤ ਨੂੰ ਤਿਆਰ ਕੀਤਾ ਹੈਗਾ। ਅੱਜ ਕੱਲ੍ਹ ਇਸ ਤਰ੍ਹਾਂ ਦੇ ਕੰਮ ਕਿੱਥੇ ਹੋ ਸਕਦੇ ਨੇ। ਮੈਂ ਇਸ ਨੂੰ ਜ਼ਾਇਆ ਨਹੀਂ ਕਰਾਂਗਾ, ਜਿਵੇਂ ਇਹਦੇ ਉੱਪਰ ਪਲਸਤਰ ਹੋਇਆ ਸੀ ਮੈਂ ਇਹਦੇ ਉੱਪਰ ਇਸੇ ਤਰ੍ਹਾਂ ਹੀ ਪਲਸਤਰ ਕਰਾਂਗਾ, ਇਹਨੂੰ ਜ਼ਾਇਆ ਨਹੀਂ ਕਰਾਂਗਾ। ਬਹੁਤ ਵਧੀਆ, ਬਹੁਤ ਵਧੀਆ। ਤੁਸੀਂ ਇਹ ਪਿਲਰ ਦੇਖੋ, ਇਹ ਪਿਲਰ ਨੂੰ ਇਸੇ ਤਰ੍ਹਾਂ ਪਲਸਤਰ ਕੀਤਾ ਜਾਏਗਾ। ਇਸ ਨੂੰ ਜਿਸ ਤਰ੍ਹਾਂ ਇਹਦੇ ਉੱਪਰ ਮਾਲ ਚੜਿਆ ਹੋਇਆ ਸੀ, ਇਸ ਨੂੰ ਇਸੇ ਤਰ੍ਹਾਂ ਦੇ ਉੱਪਰ ਚੜਾ ਕੇ ਅਤੇ ਇਸ ਨੂੰ ਇਸੇ ਤਰੀਕੇ ਨਾਲ ਅਸੀਂ ਕਰਾਂਗੇ, ਇਹਦੇ ਉੱਪਰ ਕੋਈ ਚੇਂਜਿੰਗ ਨਹੀਂ ਕਰਾਂਗੇ। ਇਹਦੇ ਉੱਪਰ ਜੋ ਕਲਰ
उस वक्त दे होए सन, असी कोशिश करांगे कि उही कलर होण। कलर भी ऐनी कि बहुत सारे थां तों मैनूं ये आ रहा कि तुसी इहदे उपर वाइट कलर नहीं करना हैगा। मैं इहदे कोल पुरानियां तस्वीरां हैगियां ने, मेरे कोल इत्थे मल्टीनेशनल कंपनी हैगी जिसनूं कहा जांदा ICI, वो इहदियां पिक्चर लै गए ने और उहदा एक स्कैच बना के सानूं देणगे। उहदे मुताबक मैं इहनूं पूरे तरीके नाल इसनूं करन दी कोशिश करांगा और आप जी असीस करना, मेरे वास्ते अरदास करना। मेरा एक शौक है काफ़ी देर तो, मैं आप जी ने दसिया कि 1998 तो मैं शुरुआत की जिसे गुरुद्वारा पट्टी साहब तो, और पट्टी साहब तो होंदे हुए जिथे किथे पुरानी चीज़ में नज़र आई मैं उसे रिन्यू किया हैगा। पैसा प्यारे साध संगत जी, ए जी चीज़ तुम देख रहे हो जी बनी हुई है ए वाली, इनू मैं इसी तरीके नाल दिखावगा और 550 साल की कोई इसनों अच्छी जी है वो चीज़ मैं करके दिखावगा जिसनों वेख के संगत खुश हो जाए। बहुत बहुत धन्यवाद समूह संगत का। वाहिगुरू जी का खालसा, वाहिगुरू जी की फतेह। तुहाडे इस सेवक जिहड़ा इस वेले मेरे मूवी बना रहे ने शाहिद शबीर साहब, इस दे मैं मेरे को शब्द नहीं है कि मैं सिफत कोई करा, तो गुरु नानक ने पता नहीं इसनों मेरे वाहिगुरू ने मेरे अल्लाह ने इसनों कि रूह दे दी है कि इस तरह सेवा निभा रहे हैं, इस तरह सेवा कर रहे हैं। सतगुरु गुरु नानक पातशाह और मेरे जितने इस दुनिया ते आए हुए पीर पैगंबर ने सारे इस शीश ते अपना मेहर प्रयत के इस दे तो इसी तरह सेवा लैंदा रहे जी। बहुत बहुत धन्यवाद। वाहिगुरु जी का खालसा, वाहिगुरु जी की फतेह। हाँ जी जी, साढ़े ज्ञानी साहब सन जी ये अपनियां तुहाडे नाल सांझ पा रहे सन सेवा दे मुतलक। मास्टर बलवंत सिंह ने जी साढ़े, और ये बच्चे नू गुरमुखी भी पढ़ाते हैं और इन्हों के बच्चे जड़े ने शिशक जड़े ने बहुत सोहनी गुरमुखी का प्रचार भी करते हैं। ठीक है जी, ये बिल्डिंग जी है तुसी देखो, आ देख लो जी तुसी, ओ आ वेख लो, सिर्फ चूना लाया गया, गेरी लाई गई है और उत्ते सिर्फ सीमेंट किया जा रहा है ताकि अगले आने वाले 100 साल वास्ते ये बिल्डिंग जी है प्रिजर्व हो जाए, मजीद प्रिजर्व हो जाए 100 साल वास्ते या 50 साल वास्ते, क्योंकि इन्हें गुंबद जड़े सी वो खतरनाक करार दे दिते गए सी, बिल्डिंग नू खतरनाक करार दे दिता गया सी। लेकिन इन्होंने पूरी जोर इस चीज़ के उत्ते रखी है जी भाजी कि जे इस नू ओरिजिनल हालत दे विच सिर्फ जिहड़ा वह प्रिजर्व किया जाए। आ देख लो तुसी, जालियां का डिजाइन भी पुरातन जिहड़ा है उही रखा गया और अगे अगे होर हले काम हो रहे ने मजीद जिहड़े ने उसे ही इतिहासिक बिल्डिंग नू इतिहास की सूरत दे विच ही रखा जाएगा, ना कि उन छेड़िया जाएगा। दर्शनी ड्योड़ी जिहड़ी है इहदी भी रेनोवेशन जिहड़ी है ओरिजिनल हालत दे विच कीती जाएगी। फिर आस्ता आस्ता जी ये कह लो तुसी यात्री निवास जिहड़े सन इत्थे उन्होंने भी आबाद किया जाएगा। पुरातन जिहड़े यात्री निवास ने गुरु सिंह सभा मूवमेंट तो बाद जिहड़े बने सी उन्होंने उस तरह ही रखा जा रहा और कोशिश की जा रही है कि इन्हों सेव किया जाए। खूह साहब जी सामने तुहानू तो नज़र आ रहे होणगे, उन्हां दी भी सेवा उही ओरिजिनल हालत दे विच ही है जी। लो जी गुरु प्यारी संगत जी, दर्शन करो जी, थोड़े तो इजाजत चाहवांगे असी और तुसी अपनी अखां नाल देख लिया जिहड़ा कार सेवा दे मुतलक जिहड़ी है बार बार गल की जाती है कि सेवा संभाल प्रॉपर नहीं हो रही, नवीं बिल्डिंगा बन रही ने। देखो तुसी 100% मेरी गरंटी है कि इस बिल्डिंग नूं तो बिल्कुल ज़रा बराबर भी नहीं, बल्कि इनू चार चांद लाण वास्ते ज्ञानी जी साढ़े जिहड़े ने वो अगे अगे चल रहे हैं, मास्टर बलवंत जी जिहड़े ने वो अगे अगे चल रहे हैं और उम्मीद करता हाँ कि तुसी इस चीज़ नूं जिहड़ा अगे अगे ज़्यादा दवोगे। और भाई निशान सिंह ने अपनी जगह तुहानूं सारी डिटेल्स पूरी दसी है और भाई बंत सिंह जी ने भी अपनी पूरी डिटेल दसी है जी। रब रखा जी, फिर हाज़र होने किसी होर गुरु अस्थान के नाल।